ਤਹਿਸੀਲ ਪੱਟੀ ਵਿੱਚ ਪੈਂਦੇ ਪਿੰਡ ਜੋੜ ਸਿੰਘ ਵਾਲਾ ਦੇ ਗੁਰਦੁਆਰਾ ਵੱਡਾ ਖੂਹ ਵਿਖੇ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਸਮੂਹ ਗ੍ਰਾਮ ਪੰਚਾਇਤ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਸੰਤ ਬਾਬਾ ਗੁਰਦੀਪ ਸਿੰਘ ਜੀ ਖਜਾਲੇ ਵਾਲੇ ਨੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪੰਥ ਪ੍ਰਸਿੱਧ ਕਵੀਸਰੀ ਭਾਈ ਗੁਰਜੰਟ ਸਿੰਘ ਬੈਂਕਾ, ਹਜ਼ੂਰੀ ਰਾਗੀ ਬਾਬਾ ਵਿਧੀ ਚੰਦ, ਢਾਡੀ ਭਾਈ ਗੁਰਪ੍ਰਤਾਪ ਸਿੰਘ ਦੇ ਜਥੇ ਵੱਲੋਂ ਆਈਆਂ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਚਾਹ ਪਕੌੜਿਆਂ ਅਤੇ ਹੋਰ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਭਾਈ ਕੁਲਵਿੰਦਰ ਸਿੰਘ ਮੁਖਰਦਾਸੀ ਸ੍ਰੀ ਦਰਬਾਰ ਸਾਹਿਬ ਨੇ ਕਿਹਾ ਕਿ ਅੱਜ ਦੇ ਨਵੇਂ ਪ੍ਰਚਾਰਕ ਗੁਰੂ ਘਰਾਂ ਵਿੱਚ ਚੱਲ ਰਹੀਆਂ ਮਰਿਆਦਾ ਦੇ ਉਂਗਲਾਂ ਚੁੱਕਣ ਤੋਂ ਆਵਾਜ਼ ਨਹੀਂ ਆ ਰਹੇ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ਹੀਦ ਭਾਈ ਹਰਦੇਵ ਸਿੰਘ ਬੱਬਰ ਦੇ ਭਰਾਤਾ ਸੰਤ ਬਾਬਾ ਸੰਗਰਾ ਸਿੰਘ ਰਤੋਕੇ ਵਾਲੇ, ਵੀਰਾ ਸਿੰਘ ਘੋੜੇ ਵਾਲੇ ਵੱਲੋਂ ਬਾਬਾ ਨਿਹਾਲ ਸਿੰਘ ਜਥੇਦਾਰ ਦਲ, ਪੰਥ ਵਿਧੀ ਚੰਦ, ਸ਼ਮਸ਼ੇਰ ਸਿੰਘ ਕੌਂਸਲਰ ਅਕਾਲੀ ਦਲ ਬਾਦਲ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਪ੍ਰਬੰਧਕ ਭਾਈ ਬੁੱਧਰਾਜ ਸਿੰਘ, ਸਤਨਾਮ ਸਿੰਘ, ਡਾਕਟਰ ਰਸਪਾਲ ਸਿੰਘ, ਰਣਜੀਤ ਸਿੰਘ, ਗ੍ਰੰਥੀ ਭਾਈ ਦਲਬਾਗ ਸਿੰਘ, ਕੁਲਦੀਪ ਸਿੰਘ, ਜੁਗਰਾਜ ਸਿੰਘ ਆਦਿ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ। ਬਿਊਰੋ ਰਿਪੋਰਟ, ਦਲਵੀਰ ਉਦੋਕੇ, LVS ਨਿਊਜ਼, ਤਰਨ ਤਾਰਨ। ਕਰ ਸਕਦਾ ਗੱਲ ਬਾਹਰ ਸਮਝ ਤੋਂ ਮੇਰੀ, ਨਾ ਵਿੱਚ ਮੇਰੇ ਸਮਰੱਥਾ, ਕੀ ਸਿਫਤ ਕਰਾਂ ਮੈਂ ਤੇਰੀ, ਇੱਕ ਛਿੰਕ ਬਦਲ ਜੇ ਪਾਸਾ, ਤੇਰੇ ਚੋਟਾਂ ਤੋਂ ਬਲਹਾਰੇ, ਕੋਈ ਅੰਤ ਭੇਦ ਨਹੀਂ ਆਉਂਦਾ, ਕੁਦਰਤ ਦੇ ਰੰਗ ਨਿਆਰੇ, ਹੁਸਨਾਂ ਦੇ ਵਾਰਸ ਵੇਖੇ, ਦੀ
ਬੇਨਤੀ ਕਰਾਂਗਾ ਮਹਾਰਾਜ ਦੇ ਪਵਿੱਤਰ ਦਰਬਾਰ ਵਿੱਚ ਸੱਜ ਬੈਠੀਆਂ ਮੇਰੀਆਂ ਵੱਡੀਆਂ ਛੋਟੀਆਂ ਭੈਣਾਂ ਮਾਤਾਵਾਂ ਵੀਰ ਬਜ਼ੁਰਗ ਗੁਰੂ ਕੀ ਸਾਜੀ ਮਾਜੀ ਖਾਲਸਾ ਸਾਹਿਬ ਸੰਗਤ ਜੀ, ਬੜੇ ਲੰਮੇ ਸਮੇਂ ਤੋਂ ਆਪ ਜੀ ਅੰਮ੍ਰਿਤ ਵੇਲੇ ਤੇ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੀ ਜ਼ਿੰਦਗੀ ਦੇ ਰਹਿੰਦੇ ਸਲਾਸਿਆਂ ਨੂੰ ਸਫਲਿਆ ਕਰਨ ਦਾ ਯਤਨ ਕਰ ਰਹੇ ਹੋ। ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਭੈਣਾਂ ਮਾਤਾਵਾਂ ਦੇ ਚਰਨਾਂ ਵਿੱਚ ਕਿ ਜਿਹੜੇ ਤੁਹਾਡੇ ਛੋਟੇ ਛੋਟੇ ਬੱਚੇ ਨੇ ਨਾ, ਇਹਨਾਂ ਦੇ ਹੱਥਾਂ ਵਿੱਚ ਪਕਾਨੇ ਨੇ, ਗੁਬਾਰੇ ਨੇ,
ਇਹ ਗੁਬਾਰੇ ਤਾਂ ਨੂੰ ਉਡਾਉਂਦੇ ਨੇ ਤੇ ਜਿਹੜੇ ਲਾਗੇ ਦੂਸਰੀਆਂ ਭੈਣਾਂ ਬੈਠੀਆਂ ਹੋਈਆਂ ਹੈ ਉਹਨਾਂ ਦੀ ਸੁਰਤ ਜਿਹੜੀ ਜੁੜੀ ਹੁੰਦੀ ਹੈ ਤੇ ਉਹਨਾਂ ਨੂੰ ਬੈਠਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅਤੇ ਸਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪੁੱਤਰ ਪ੍ਰਕਾਸ਼ ਪੁਰਬ। ਹਰ ਸਾਲ ਦੀ ਤਰ੍ਹਾਂ ਨਗਰ ਨਿਵਾਸੀ ਜੋੜ ਸਿੰਘ ਵਾਲਾ ਦੀ ਸੰਗਤ ਸਮੁੱਚੇ ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਸਤਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਗੁਰਦੁਆਰਾ ਵੱਡਾ ਖੂਹ ਅਤੇ ਬ੍ਰਹਮਗਿਆਨੀ ਬਾਬਾ ਹਰਨਾਮ ਸਿੰਘ ਜੀ, ਜਿਨ੍ਹਾਂ ਨੇ ਇੱਥੇ ਗਾਏ ਬਗਾਏ ਆਪਣੇ ਦਲ ਪੰਥ ਸਮੇਤ ਬੜੇ ਪਵਿੱਤਰ ਚਰਨ ਆਪਦੇ ਪਾਉਂਦੇ ਰਹੇ ਇਸ ਸਥਾਨ 'ਤੇ, ਉਸ ਸਥਾਨ 'ਤੇ ਨਗਰ ਨਿਵਾਸੀਆਂ ਨੇ ਗੁਰਦੁਆਰਾ ਸਾਹਿਬ ਤਿਆਰ ਕੀਤਾ ਹੈ ਅਤੇ ਇਸ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਗੁਰੂ ਹਰਿ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਨੇ ਵੱਡਾ ਉਪਰਾਲਾ ਕੀਤਾ। 3 ਦਿਨ ਤੋਂ ਇਹ ਗੁਰਮਤਿ ਸਮਾਗਮ ਚੱਲ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਵਾਹ ਚੱਲੇ, ਗੁਰਬਾਣੀ ਦੇ ਪਾਠਾਂ ਦੇ ਸਵੇਰੇ ਭੋਗ ਪਏ, ਉਸ ਤੋਂ ਉਪਰੰਤ ਅੱਜ ਆਖਰੀ ਦੀਵਾਨ ਜਿਹੜਾ ਦੀਵਾਨ ਸਜਿਆ ਦੀਵਾਨ ਹਾਲ ਦੇ ਵਿੱਚ ਅਤੇ ਗੁਰੂ ਇਤਿਹਾਸ ਢਾਡੀ ਸਿੰਘਾਂ ਨੇ, ਕਵੀਸ਼ਰ ਸਿੰਘਾਂ ਨੇ ਅਤੇ ਗੁਰੂ ਕੇ ਪ੍ਰਚਾਰਕਾਂ ਨੇ ਜੋ ਕਥਾ ਵਿਚਾਰਾਂ ਸਰਵਣ ਕਰਵਾਈਆਂ, ਸਮੁੱਚਾ ਨਗਰ ਨਿਵਾਸੀ ਔਰ ਇਸ ਗੁਰਦੁਆਰਾ ਦੇ ਪ੍ਰਬੰਧਕ ਕਮੇਟੀ ਸਾਡੇ ਵੀਰ ਪ੍ਰਧਾਨ ਡਾਕਟਰ ਸਰਦਾਰ ਰਣਜੀਤ ਸਿੰਘ ਜੀ ਅਤੇ ਡਾਕਟਰ ਆਪਣੇ ਰਸਾਲ ਸਿੰਘ ਜੀ, ਬੁੱਧ ਰਾਜ ਸਿੰਘ ਜੀ, ਇਸੇ ਤਰ੍ਹਾਂ ਸਤਨਾਮ ਸਿੰਘ ਜੀ, ਇਹ ਸਾਰੇ ਵੀਰ ਅਤੇ ਨਾਲ ਨਾਲ ਨਗਰ ਪੰਚਾਇਤ ਜੋ ਜੋੜ ਸਿੰਘ ਵਾਲਾ ਦੀ ਸਰਪੰਚ ਸਰਦਾਰ ਦਲਜੀਤ ਸਿੰਘ ਜੀ, ਕੁਲਵਿੰਦਰ ਸਿੰਘ ਜੀ ਆੜਤੀਆ, ਸਮੂਹ ਮੈਂਬਰ ਪੰਚਾਇਤ ਕਵਲਜੀਤ ਸਿੰਘ ਜੀ, ਹੋਰ ਮੈਂਬਰ ਪੰਚਾਇਤ ਅਜੀਤ ਸਿੰਘ ਜੀ, ਸਾਰਿਆਂ ਨੇ ਬੜਾ ਉੱਦਮ ਦਿੱਤਾ ਹੈ ਅਤੇ ਸਾਰਿਆਂ ਨੇ ਬੜੀ ਸ਼ਾਨੋ ਸ਼ੌਕ ਦੇ ਨਾਲ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ ਹੈ। ਸਮੁੱਚੀ ਸੰਗਤ ਨੂੰ ਇਸ ਗੁਰਪੁਰਬ ਦੀ ਅਸੀਂ ਨਗਰ ਨਿਵਾਸੀਆਂ ਵੱਲੋਂ ਵਧਾਈ ਦਿੰਦੇ ਹਾਂ ਅਤੇ ਅੱਗੋਂ ਵਾਸਤੇ ਆਸ ਵੀ ਕਰਦੇ ਹਾਂ ਕਿ ਸਮੁੱਚੀ ਸੰਗਤ ਇਸੇ ਤਰ੍ਹਾਂ ਸਹਿਯੋਗ ਦੇ ਕੇ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਅਤੇ ਸਮੁੱਚੇ ਨਗਰ ਨਿਵਾਸੀ ਇਸੇ ਤਰ੍ਹਾਂ ਵੱਧ ਚੜ੍ਹ ਕੇ ਇਸ ਗੁਰਪੁਰਬ ਨੂੰ ਮਨਾਇਆ ਕਰਨ ਅਤੇ ਜੋ ਗੁਰੂ ਘਰ ਦੀਆਂ ਇਮਾਰਤਾਂ ਵਾਸਤੇ ਰਹਿੰਦੀ ਸੇਵਾ ਹੈ ਉਹਨਾਂ ਵਿੱਚ ਵੀ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਕੇ ਪ੍ਰਬੰਧਕਾਂ ਨੂੰ ਨਿਵਾਜਣ, ਪ੍ਰਬੰਧਕਾਂ ਦਾ ਸਹਿਯੋਗ ਦੇਣ। ਸਤਿਗੁਰੂ ਜੀ ਦਾ ਕੋਟਾਨਕੋਟ ਧੰਨਵਾਦ ਹੈ ਜਿਨ੍ਹਾਂ ਨੇ ਇਹ ਸਾਰੇ ਸਮਾਗਮ ਆਪਣੀ ਛੱਤਰ ਛਾਇਆ ਹੇਠ ਪਰਸੋਂ ਰੋਜ਼ ਤੋਂ ਲੈ ਕੇ ਰਾਤਰੀ ਦੇ ਦੀਵਾਨ ਵੀ ਸਜੇ ਸਾਰੇ ਸਮਾਗਮਾਂ ਨੂੰ ਸੰਪੂਰਨਤਾ ਬਖਸ਼ੀ ਹੈ। ਸਤਿਗੁਰੂ ਜੀ ਇਸੇ ਤਰ੍ਹਾਂ ਰਹਿਮਤਾਂ ਬਖਸ਼ੀ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।